ਬਦਲਾ ਲੈਣ ਲਈ ਪਿਓ ਪੁੱਤ ਨੇ ਕੀਤਾ ਸੀ ਕਤਲ, ਪਿਓ ਫਰਾਰ ਪੁੱਤ ਕਾਬੂ। ਜ਼ਿਲ੍ਹਾ ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ DSP ਕਰਤਾਰਪੁਰ ਦਿਗਵਿਜੇ ਕਪਿਲ ਨੇ ਦੱਸਿਆ ਕਿ ਗੌਰਵ ਕੁਮਾਰ ਨਾਮ ਦੇ ਵਿਅਕਤੀ ਦਾ ਕੁਝ ਦਿਨ ਪਹਿਲਾਂ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਕੁੰਦਨ ਕੁਮਾਰ ਨੂੰ ਰੰਧਾਵਾ ਮਸੰਦਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮਿਤੀ 16 ਅਗਸਤ ਦੀ ਰਾਤ ਨੂੰ ਜਦ ਉਹ ਘਰ ਵਾਪਸ ਆਏ ਤਾਂ ਉਹਨਾਂ ਦੀਆਂ ਭੈਣਾਂ ਨੇ ਦੱਸਿਆ ਕਿ ਗੌਰਵ ਨੇ ਉਹਨਾਂ ਨਾਲ ਜਬਰ ਜਨਾਹ ਕੀਤਾ ਹੈ, ਜਿਸ ਉੱਤੇ ਉਸਨੇ ਅਤੇ ਉਸਦੇ ਪਿਤਾ ਨੇ ਗੌਰਵ ਨੂੰ ਮਾਰਨ ਦੀ ਯੋਜਨਾ ਬਣਾ ਲਈ ਅਤੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ, ਜਦਕਿ ਉਸਦਾ ਪਿਤਾ ਫਰਾਰ ਹੈ। ਘਟਨਾ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ। ਸਰ, ਜਿਹੜਾ ਬਲਾਈਂਡ ਮਰਡਰ ਤੁਸੀਂ ਟਰੇਸ ਕੀਤਾ, ਇਹਦੇ ਬਾਰੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ। ਇਹ ਮਰਡਰ 17 ਤਰੀਕ ਨੂੰ ਸਵੇਰੇ ਹੋਇਆ ਸੀਗਾ, ਲਗਭਗ 3 ਵਜੇ। ਇਹ ਰੰਧਾਵਾ ਮਸੰਦਾ ਪਿੰਡ ਹੈ, ਜਿੱਥੇ ਸਰਦਾਰਜੀਤ ਸਿੰਘ ਦਾ ਡੇਰਾ ਹੈ। ਉੱਥੇ ਉਹਨਾਂ ਦੇ 2 ਮਜ਼ਦੂਰ ਜਿਹੜੇ ਸੀ ਉਹ ਸੋ ਰਹੇ ਸੀ। ਰਾਤ ਨੂੰ ਗੌਰਵ, ਜਿਹਦੀ ਉਮਰ ਤਕਰੀਬਨ 20 ਸਾਲ ਹੈ, ਉਹਨੂੰ ਅਣਪਛਾਤੇ ਬੰਦਿਆਂ ਨੇ ਕਿਰਪਾਨਾਂ ਨਾਲ ਰਾਤ ਨੂੰ ਵੱਢਤਾ, ਉਹਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਹਦੇ 'ਚ ਪੁਲਿਸ ਨੇ ਅੰਡਰ ਸੈਕਸ਼ਨ 302 FIR ਰਜਿਸਟਰ ਕੀਤੀ ਥਾਣਾ ਮਕਸੂਦਾ। ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਇਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ, ਜਿਹਦੇ 'ਚ ਪਤਾ ਚੱਲਿਆ ਕਿ ਕੁੰਦਨ ਨਾਂ ਦਾ ਲੜਕਾ ਜੋ ਪਹਿਲਾਂ ਇਸ ਡੇਰੇ 'ਤੇ ਕੰਮ ਕਰਦਾ ਸੀਗਾ, ਇਹਦੀ ਇਸ ਬੰਦੇ ਨਾਲ ਦੁਸ਼ਮਣੀ ਸੀ ਕਿਹਨੀ ਪਰਸਨਲ ਰੀਜ਼ਨਸ ਕਰਕੇ। ਇਹ ਰਾਤ ਨੂੰ ਆਪਣੇ ਫਾਦਰ ਬੱਚੂ ਮੰਡਲ ਨਾਲ ਰਾਤ ਨੂੰ ਲਗਭਗ 1 ਵਜੇ 12:30 ਆਸ ਪਾਸ ਡੇਰੇ 'ਤੇ ਆਇਆ। ਇਹਨਾਂ ਨੇ ਆਉਂਦੇ ਹੀ ਗੌਰਵ 'ਤੇ ਵਾਰ ਕਰਨਾ ਸ਼ੁਰੂ ਕਰ ਦਿੱਤੇ, ਜਿਹਦੇ 'ਤੇ ਉਹਦੀ ਮੌਕੇ 'ਤੇ ਮੌਤ ਹੋ ਗਈ। 25 ਟੱਕ ਜਿਹੜੇ ਹੈ ਇਹ ਸਰੀਰ 'ਤੇ ਇਹਨਾਂ ਨੇ ਮਾਰੇ। ਉਸ ਤੋਂ ਚੱਲਦੇ ਜਿਹੜਾ ਦੂਜਾ ਲੜਕਾ ਜਤਿੰਦਰ ਉੱਥੇ ਮੌਕੇ 'ਤੇ ਸੁੱਤਾ ਪਿਆ ਸੀ, ਉਮਰ 15 ਸਾਲ, ਉਹ ਉੱਥੋਂ ਉਹਨੇ ਆਪਣੇ ਭੱਜ ਕੇ ਜਿਹੜਾ ਜਾਨ ਬਚਾਈ। ਇਹ ਸਾਰੀ ਗੱਲ ਦੇ ਪਿੱਛੇ ਇਹਨਾਂ ਦਾ ਆਪਸ ਇਹਨਾਂ ਦੀ ਰੰਜਿਸ਼ ਹੈ ਜੋ ਸਾਹਮਣੇ ਆਈ ਹੈ, ਜਿਹਦੇ ਕਰਕੇ ਗੌਰਵ ਦੀ ਜੋ ਹੈ ਕੁੰਦਨ ਨੇ ਔਰ ਇਹਦੇ ਫਾਦਰ ਬੱਚੂ ਮੰਡਲ ਨੇ ਇਹਨਾਂ ਦਾ ਕਰ ਦਿੱਤਾ। ਸਰ, ਰੰਜਿਸ਼ ਦਾ ਕੋਈ ਕਾਰਨ ਪਤਾ ਲੱਗਾ? ਇਹਨਾਂ ਦੇ ਆਪਸ 'ਚ ਪਹਿਲਾਂ ਫੈਮਿਲੀ ਫਰੈਂਡ ਸੀ ਆਪਸ 'ਚ, ਫਿਰ ਇਹਨਾਂ ਦੇ ਆਪਸ 'ਚ ਕੋਈ ਰੰਜਿਸ਼ ਹੋ ਗਈ, ਇਹਨਾਂ ਦੇ ਕੋਈ ਪਰਸਨਲ ਰੀਜ਼ਨ ਸੀ ਜਿਹਨਾਂ ਕਰਕੇ ਇਹਨਾਂ ਦੀ ਰੰਜਿਸ਼ ਇੰਨੀ ਵੱਧ ਗਈ ਕਿ ਇਹਨੂੰ ਰਾਤ ਨੂੰ ਇਹਨਾਂ ਨੇ ਆ ਕੇ ਸੁੱਤੇ ਪਏ ਨੂੰ ਹੀ ਕਿਰਪਾਨਾਂ ਨੂੰ ਵੱਢ ਦਿੱਤਾ। ਜੀ ਸਰ, ਫਿਰ ਤੁਸੀਂ ਕੀ ਕਾਰਵਾਈ ਕੀਤੀ? ਅਸੀਂ ਇਹਦੇ 'ਚ ਜਦੋਂ ਸਾਨੂੰ ਇਤਲਾਹ ਮਿਲੀ ਸਵੇਰੇ 3:30 ਦੇ ਆਸ ਪਾਸ ਪੁਲਿਸ ਮੌਕੇ 'ਤੇ ਪਹੁੰਚੀ। ਅਸੀਂ ਉੱਥੇ ਉਹਨਾਂ ਦੇ ਬਿਆਨ ਦਰਜ ਕਰਕੇ ਉਹਦੇ ਮ੍ਰਿਤਕ ਹੈ ਉਹਦੇ ਚਾਚੇ ਦੇ ਬਿਆਨ ਦੇ ਪਰਚਾ ਤੁਸੀਂ ਦਰਜ ਕੀਤਾ ਥਾਣਾ ਮਕਸੂਦਾ ਵਿਖੇ। ਉਹ ਤੋਂ ਬਾਅਦ ਪੁਲਿਸ ਨੇ ਇਹ ਵੈਰੀਫਾਈ ਕੀਤਾ ਕਿ ਅਜੀਤ ਸਿੰਘ ਦੇ ਡੇਰੇ 'ਤੇ ਪਿਛਲੇ 5 ਸਾਲਾਂ 'ਚ ਕਿਹੜੇ ਕਿਹੜੇ ਮਜ਼ਦੂਰ ਆਏ ਜੇ ਉੱਥੇ ਪਾਰਟ ਟਾਈਮ ਕੰਮ ਕਰਦੇ ਸੀ ਜਾਂ ਰੈਗੂਲਰ ਕੰਮ ਕਰਦੇ ਸੀ। ਅਤੇ ਅਸੀਂ ਇਹ ਦੇਖਿਆ ਕਿ ਕੁੰਦਨ ਜਿਹੜਾ ਸੀ ਉਹ ਪਾਰਟ ਟਾਈਮ ਇੱਥੇ ਕੰਮ ਕਰਦਾ ਰਿਹਾ, ਪਰ ਜਦੋਂ ਪੁਲਿਸ ਨੇ ਸਭ ਨੂੰ ਬੁਲਾ ਕੇ ਪੁੱਛਗਿੱਛ ਕੀਤੀ, ਕੁੰਦਨ ਪੁਲਿਸ ਦੀ ਪੁੱਛਗਿੱਛ ਨੂੰ ਅਵੋਇਡ ਕਰ ਰਿਹਾ ਸੀਗਾ, ਉਹ ਪੁਲਿਸ ਦੇ ਸਾਹਮਣੇ ਆਮ ਗਰੇਜ਼ ਕਰ ਰਿਹਾ ਸੀ। ਅਤੇ ਅਸੀਂ ਤਾਂ ਪਿਛੋਕੜ ਪਤਾ ਕੀਤਾ ਕਿ ਇਹਦਾ ਪਿਛੋਕੜ ਇਹ ਸੀਗਾ ਕਿ ਇਹ ਮਹਿੰਗੇ ਮੋਟਰਸਾਈਕਲ ਰੱਖਣ ਦਾ ਸ਼ੌਕੀਨ ਸੀਗਾ, ਮਹਿੰਗੇ ਕੱਪੜੇ ਪਾਉਣੇ ਔਰ ਫੋਨ ਵਗੈਰਾ ਮਹਿੰਗੇ ਰੱਖਣ ਦਾ ਸ਼ੌਕੀਨ ਸੀ। ਅਤੇ ਇਹ ਸਾਰੀ ਗੱਲਾਂ ਤੋਂ ਮਾਲੂਮ ਚੱਲਿਆ ਕਿ ਇਹ ਇਸ ਤੋਂ ਇਲਾਵਾ ਇਹ ਥੋੜ੍ਹਾ ਜਿਹਾ ਝਗੜਾਲੂ ਕਿਸਮ ਦਾ ਵਿਅਕਤੀ ਹੈ, ਇਹਦਾ ਫਾਦਰ ਵੀ ਉਹ ਵੀ ਝਗੜਾਲੂ ਕਿਸਮ ਦਾ ਵਿਅਕਤੀ ਹੈ, ਇਹਦੇ ਆਸ ਪਾਸ ਅਸੀਂ ਵੈਰੀਫਾਈ ਕੀਤਾ। ਜਦ ਇਹ ਪੁਲਿਸ ਨੂੰ ਅਵੋਇਡ ਕਰ ਰਹੇ ਸੀ ਸਾਨੂੰ ਸ਼ੱਕ ਪਿਆ, ਅਤੇ ਉਸ 'ਤੇ ਅਸੀਂ ਹੋਰ ਵੈਰੀਫਿਕੇਸ਼ਨ ਕੀਤੀ ਅਤੇ ਪਤਾ ਚੱਲਿਆ ਕਿ ਜਿਹੜਾ ਲੜਕਾ ਗੌਰਵ ਜੋ ਮ੍ਰਿਤਕ ਹੈ ਉਹ ਇਹਨਾਂ ਦੇ ਘਰ ਦਾ ਆਉਣਾ ਜਾਣਾ ਸੀ, ਪਰ ਕਿਹਦੀ ਕਾਰਨਾਂ ਕਰਕੇ ਇਹਨਾਂ ਦੀ ਆਪਸ 'ਚ ਜੋ ਹੈ ਤਕਰਾਰ ਕਿੰਨਾ ਕੁ ਵੱਧ ਗਿਆ, ਜੋ ਇਹਨਾਂ ਨੇ 17 ਦੀ ਸਵੇਰੇ ਅਰਲੀ ਮੋਰਨਿੰਗ ਲਗਭਗ 3 ਵਜੇ ਤੋਂ ਪਹਿਲਾਂ ਉਹਨੂੰ ਜੋ ਹੈ ਕਰ ਲਿਆ।